ਤਾਰ ਲਿਆ ਉਤਾਰਨਾ ਕਰ ਉਸਤਾ ਜੀ ਆਓ ਜ਼ਰਾ ਇੱਧਰ ਆਓ ਜ਼ਰਾ ਇੱਥੋਂ ਰੱਖ ਫੂਕ ਮਾਰਨੀ ਆ ਇੱਕ ਮਿੰਟ ਮੈਂ ਜਦੋਂ ਬਤਾਊਂਗਾ ਮੈਂ ਦੇਖੋ ਆਪਾਂ ਪੈਟਰੋਲ ਪਾਉਂਦੇ ਹਾਂ ਗੱਡੀ 'ਚ ਮਾਰ ਫੂਕ ਆਪਾਂ ਗੱਡੀ 'ਤੇ ਪੈਟਰੋਲ ਪਾਉਂਦੇ ਹਾਂ ਨਾ ਇੱਕ ਮਿੰਟ ਕਰਕੇ ਨਿਕਲੇ ਬਸ ਉਹ ਜਿਹੜੀ ਸੀਓ ਪੁੱਛਦੇ ਸੀ ਨਾ ਤੁਸੀਂ ਸੀਓ ਇਹ ਸੀਓ ਇਹ ਖਰਾਬ ਕਰਦਾ ਅੱਛਾ ਅੱਛਾ ਇਹ ਸਾਰੀਆਂ ਚੀਜ਼ਾਂ ਚੇਂਜ ਕਰੋ ਸੀਓ ਥੱਲੇ ਆ ਜਾਏ ਲਿਆ ਸਾਫ ਕਰ ਲਾ ਉਹ ਫਿਲਟਰ ਨਵਾਂ ਪਾ ਦਿੰਦੇ ਇਹ 10 ਮਾਡਲ ਦਾ ਇਹਦੇ ਨਾਲ ਦਾ ਫਿਲਟਰ ਦੇਖ ਆਪਣੇ ਕੋਲ ਪਿਆ ਮੇਰੇ ਹਿਸਾਬ ਦੇ ਨਵਾਂ ਅੱਜ ਵਿੱਚੋਂ ਦਰਮਿਆਨ 'ਚੋਂ ਦੇਖੀ ਇੱਦਾਂ ਹੋਏਗਾ ਨਹੀਂ ਤਾਂ ਲੈ ਜਾਓ ਲਿਆ ਮੋਟਰ
ਇਹ 'ਚ ਰਿੰਗ ਵੀ ਸੀਗਾ ਫਿਲਟਰ ਪਤਾ ਨਹੀਂ ਕੇ ਦੇ ਲੈਗਾ ਪੈਟਰੋਲ ਨਿਕਲ ਲਿਆਂਦਾ ਸੀ ਕੱਲ੍ਹ ਲਿਆ ਗਨ ਲਿਆ ਫੜ ਕੇ ਇਹ ਹੁਣ ਫਿਲਟਰ ਤੇ ਜਾਲੀ ਇਕੱਠੀ ਮੰਗਾਉਂਦੇ ਆ ਪਰ ਜਾਲੀ ਦੀ ਤੇ ਫਿਲਟਰ ਵੀ ਨਾ ਮੇਰੇ ਹਿਸਾਬ ਤੇ ਬਦਲ ਦੇਣੇ ਬਿਹਤਰ ਬਜਾਏ ਸਾਫ ਕਰ ਦਿਓ। ਇੱਕ ਦਿਨ ਕਿਸੇ ਨੇ ਸਹੀ ਲਿਖਿਆ ਸੀ ਕਹਿੰਦਾ 300 ਦੀ ਜਾਲੀ ਆ, 350 ਦੀ ਤੁਸੀਂ ਫੇਲ ਆਉਂਦੇ ਆ। ਸਹੀ ਸੀ ਉਹਦੀ ਗੱਲ, ਗਲਤ ਨਹੀਂ। 200 ਦਾ ਪੈਟਰੋਲ ਲੱਗ ਗਿਆ ਸਾਫ ਕਰ ਦਿੰਦੇ ਸਭ ਦਿੱਤੋ ਤਾਂ ਮੈਂ ਕਿਹਾ ਲਿਖਿਆ ਕਹਿੰਦਾ ਭਲੇ ਹੋ ਸਕਦਾ ਚਲਾ ਗਿਆ। ਇਹਨੂੰ ਸਾਦਾ ਬਦਲੋ ਕੰਟਰ ਕਹਿੰਦਾ ਸਪੈਸ਼ਲ ਮੰਗਾਈ ਜਾ ਰਹੇ ਹਾਂ। ਇੱਕ ਤਾਂ ਰਿੰਗ ਇੱਦਾਂ ਹੀ ਖਿਆਲ ਰੱਖਣਾ ਪੈਂਦਾ, ਰਿੰਗ ਇੱਦਾਂ ਥੱਲੇ ਹੋ ਜਾਂਦਾ ਅਤੇ ਦੂਸਰਾ ਬਾਕੀ ਤਾਂ ਮਾਰ ਸਲਮ ਸਲਮ ਮਾਰ ਕੇ ਛੱਡ ਦੇ। ਲੈ ਦੁਬਾਰਾ ਸਲਮ ਮਾਰੀ। ਤੁਰ ਗਏ ਚੱਲ ਕੋਈ ਮੜ ਜੀ ਉੱਠਦੀ ਆ। ਮਾਰ ਬਸ ਨਹੀਂ ਭਾਈ ਇਸ ਪੰਪ ਨੂੰ ਨਾ ਪ੍ਰੈਸ਼ਰ ਨਹੀਂ ਹੈਗਾ। ਫਿਰ ਮਾਰੀ ਬ
ਬਸ ਮਾਰੀ ਰੱਖ ਤਰਾ ਛੱਡ ਹੁਣ ਮਾਰ ਬਸ ਨਹੀਂ ਪ੍ਰੈਸ਼ਰ ਨਹੀਂ ਹੈਗਾ ਕੱਢ ਲਿਓ ਬਾਹਰ ਚੱਲ ਓਕੇ ਹੋਵੇ ਬਿਹਤਰੀਨ ਹੋਵੇ ਹੁਣ ਲਓ ਸਕੈਨਰ ਨੂੰ ਸਕੈਨਰ ਲਾ ਕੇ ਰੀਡਿੰਗ ਚੈੱਕ ਕਰੋ ਕੈਦ ਸੀਗਾ ਇੱਥੇ ਚੱਲ ਗਿਆ ਹੈ ਨਾ ਸਕਦੇ ਸੀ ਹੁਣ 1200 ਦੇ ਆ ਗਏ ਹੈ ਨਾ 17 ਦੇ ਸੀ 17 ਦੇ ਸੀ ਹਾਂਜੀ 14-15 17 ਦੇ ਹੈ ਕਿੰਨੇ ਦੇ ਇਹ ਥੱਲੜਾ 3-4-7 ਤੱਕ ਜਾਂਦਾ ਸੀ ਅੱਧੋ ਅੱਧਾ ਫਰਕ ਆ ਗਿਆ ਚਲੋ ਇਹ ਹੁਣ ਇੱਕ ਹੋਰ ਕੰਮ ਕਰਕੇ ਦੇਖਦੇ ਓਏ ਪਾਣੀ ਲਿਆ ਓਏ ਓਏ ਪਾਣੀ ਦੀ ਗੈਲਨ ਲਿਆ ਇੱਥੇ ਬਥੇਰਾ ਫਰਕ ਪੈ ਗਿਆ ਨਾ ਦੇਖੀ ਫਰਕ ਪੈਂਦਾ ਪੈਂਦਾ ਦੇਖਣਾ ਇਹ ਹੋਣਾ ਹੀ ਨਹੀਂ ਸੀ ਚਾਹੀਦਾ ਇਹ ਕੁਛ ਨਹੀਂ ਸੀ ਨਾ ਇੱਧਰ ਹੋਣਾ ਚਾਹੀਦਾ ਇੱਧਰ ਦੇ ਪਾਣੀ ਨਾਲ ਇਹਦਾ ਕੀਤਾ ਲੱਗਾ 2000 ਦੇ ਰੇਸ ਰੱਖੇ ਤੂੰ ਇੱਥੇ ਪਿਆਰਾਂ ਦੇ ਇੱਥੇ ਪਿਆਰਾਂ ਦੇ 2000 ਆਰਪੀਐਮ ਤੇ ਬੰਨ ਲੈਣ ਦੇਖੀ ਹੁਣ ਆ ਗਿਆ ਨਾ ਲੌਂਗ ਨੂੰ ਫਰਕ ਨਹੀਂ ਪੈਂਦਾ ਪਕੜੇ ਨੂੰ ਪੈ ਗਿਆ ਫਰਕ ਮਿਸਿੰਗ ਵੀ ਆ ਗਈ ਗੱਡੀ ਬੰਦ ਕਰਦੇ ਜਾ ਦੇਵ ਲਾਈਟ ਵੀ ਲਿਆ ਤੇਰਾ ਕਿਹੜਾ ਜਾਂਦਾ ਇਹ ਨਹੀਂ ਦੇਖਿਆ ਬਸ ਮਿੰਨੀ ਨੰਬਰ ਦਾ ਖਿੱਚ ਰਿਹਾ ਸੀ ਆਪਾਂ ਤਾਂ ਇਹ ਦੇਖ ਲਿਆ ਮਿਸਿੰਗ ਮੈਂ ਰਪਟਾਂ ਬਿਲਕੁਲ ਮੁੱਕੀਆਂ ਪਈਆਂ ਹਾਰਡ ਹੋਈਆਂ ਪਈਆਂ ਹਾਲਾਤ ਹੋਰ
ਹੁਣ ਆਪਾਂ ਮੁਲਤਾਨ ਸ਼ਹਿਰ 'ਚ ਬੈਠੇ ਹੁੰਦੇ ਤਾਂ ਬਰਫ਼ ਤਾਂ ਹੀ ਨਵੀਆਂ ਪਾ ਦਿੰਦੇ ਹਾਂ, ਪਰ ਕੀ ਕਰੀਏ ਬੈਠੇ ਦੁਨੀਆਂ ਭਰ 'ਚ। ਵਾਲੇਕੁਮ ਸਲਾਮ ਜੀ। ਲਿਆਓ ਕਾਬਲੇ ਦੇ ਬਾਈ। ਯਾਰ ਆਪਣੇ ਡਾਲੇ ਦੋ ਸਾਹਿਬ ਜੀ, ਇਹਨਾਂ ਦੇ ਨਾ ਪਲੱਗਾਂ ਦੇ ਇਹਨਾਂ ਕੋਲ ਉੱਤੇ ਉਹ ਪੀਲੀ ਟੇਪ ਲਾਈ ਹੋਈ। ਹਾਂ ਤਾਰਾਂ ਫਾਰਕ ਨਵੀਆਂ ਪਾਓ। ਹੈਂ ਤਾਰਾਂ ਵੀ। ਅੱਛਾ ਉਹਨੂੰ ਚੈੱਕ ਤਾਂ ਕਰ ਲਾ ਕੀ ਫਾਰਕ ਆ, ਫਿਰ ਲੱਭ ਲਿਆ ਦੇਖ। ਫਾਰਕ ਆ ਤਾਰਾਂ ਕਦੋਂ ਕੋ ਲੱਭਣੀ ਹੈ? ਉਹ ਤੁਹਾਨੂੰ ਅਕਰਮ ਆਟੋ ਤੋਂ, ਮਕਬੂਲ ਆਟੋ ਤੋਂ ਨਵੀਂ ਇੱਥੇ ਹੀ ਲੈਣੀ ਆ। ਕਾਬਲੀ ਲੱਭੀ ਹੈ? ਕਾਬਲੀ ਤਾਂ ਕਿਆ ਹੀ ਬਾਤ ਹੈ, ਹੁਣ ਕਾਬਲੀ ਹੋਣ ਤਾਂ। ਵਾਲੇਕੁਮ ਸਲਾਮ ਜਨਾਬ, ਕੀ ਹਾਲ ਹੈ? ਲਓ ਨਵਾਂ ਸਾਨੂੰ ਤੁਹਾਡੇ ਇਕੱਠੇ, ਅਸੀਂ ਸੀਓ ਵਾਲਾ ਤੁਹਾਡਾ ਰੌਲਾ ਕੱਢ ਦਿੱਤਾ। ਇਹ ਲੀਕ ਸੀ ਇੱਥੇ, ਪਾਣੀ ਪਾਉਂਦੇ ਨਹੀਂ ਸੀ ਗੱਲ ਲੱਗੀ। ਜਦੋਂ ਸਰਵਿਸ ਕਰਾਉਂਦੇ ਸੀ ਜਿਹੜੀ ਕੁਛ ਦੇਰ ਥੋੜ੍ਹੀ ਬਹੁਤ ਤੁਹਾਨੂੰ ਮਹਿਸੂਸ ਹੁੰਦਾ ਹੈਗਾ, ਮਿਸ ਕਰਦੀ ਹੈ ਜਿੰਨੀ ਦੇਰ ਇੰਜਨ ਗਿੱਲਾ ਹੋਏ। ਉਹਦੇ ਕੋਲ ਲਾਈਟਾਂ ਨਹੀਂ ਹੁੰਦੀਆਂ। ਉਹਨੇ ਮੇਰੇ ਤੇ ਕੱਢਤਾ ਕੰਮ ਤਾਂ ਥੋੜ੍ਹੀ ਦੇਰ ਬਾਅਦ ਰਿਜ਼ਲਟ ਦਿੰਦੀ ਹੁੰਦੀ ਗੱਡੀ। ਯਾਰ ਕਿੰਨਾ ਕਰਦਾ ਯਾਰ ਮੈਂ ਉਹਦਾ ਮਾਰ ਰਿਹਾ ਮੈਨੂੰ ਤਾਂ ਕਰਦਾ।
ਤੇਰੇ ਕੋਲ ਕਿੱਥੇ ਹੋਇਆ ਜ਼ੀਰੋ? ਇਹ ਗੱਡੀ ਆ ਮੇਰੇ ਪਾਸ।